ਸਭ ਦਾ ਸਵਾਗਤ ਹੈ ਜੀ ਚੈਨਲ PTC ਲਾਈਵ 'ਤੇ। ਦੋਸਤੋ, ਜਿੱਥੇ ਪਿਛਲੇ ਦਿਨੀ ਨਾਭਾ ਵਿਖੇ ਟਕਸਾਲੀ ਕਾਂਗਰਸੀਆਂ ਨੇ ਡਾਕਟਰ ਧਰਮਵੀਰ ਗਾਂਧੀ ਹੁਣ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ, ਉੱਥੇ ਹੀ ਹਲਕਾ ਅਮਲੋਹ ਦੇ MLA ਸਰਦਾਰ ਰਣਦੀਪ ਸਿੰਘ ਹੁਣਾਂ ਨੇ ਇਸ ਗੱਲ ਦਾ ਖੰਡਨ ਕੀਤਾ ਸੀ। ਪਰ ਅੱਜ ਉਸ ਵੇਲੇ ਸਥਿਤੀ ਬੜੀ ਅਜੀਬੋ ਗਰੀਬ ਹੋ ਗਈ ਜਦੋਂ ਨਾਭਾ ਵਿਖੇ ਅਨਾਜ ਮੰਡੀ ਵਿਖੇ ਮਹਾਰਾਣੀ ਪ੍ਰਨੀਤ ਹੋਣੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਸਨ, ਪਰ ਉਸੇ ਵਕਤ ਹੀ ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਕਾਫਲਾ ਨਾਭਾ ਤੋਂ ਛੇਂਟਾਂ ਵਾਲਾ ਵਾਇਆ ਗੁਜ਼ਰ ਰਿਹਾ ਸੀ ਕਿ ਅਚਾਨਕ ਪਟਿਆਲਾ ਗੇਟ ਵਿਖੇ ਟਕਸਾਲੀ ਕਾਂਗਰਸੀਆਂ ਨੇ ਇੱਕ ਵਾਰੀ ਫਿਰ ਡਾਕਟਰ ਗਾਂਧੀ ਹੁਣਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਅਤੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਡਾਕਟਰ ਗਾਂਧੀ ਉਹਨਾਂ ਨੇ ਜੋ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ 'ਚ ਨਾਭਾ ਦੇ ਲੋਕਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੀ ਲੈ ਕੇ ਜਾਣਾ ਚਾਹਿਆ ਅਤੇ ਜਿਹੜ ਕੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਰਿਕਸ਼ਾ ਵਿੱਚ ਬਿਠਾ ਕੇ ਸ਼ਹਿਰ ਦੇ ਵਿੱਚ ਦੀ ਲੰਘਾਇਆ ਗਿਆ ਅਤੇ ਲੋਕਾਂ ਨੇ ਵੀ ਭਰਪੂਰ ਉਹਨਾਂ ਦਾ ਸਮਰਥਨ ਕੀਤਾ, ਉਹਨਾਂ ਨੂੰ ਪਿਆਰ ਦਿੱਤਾ। ਹੁਣ ਤੁਸੀਂ ਖੁਦ ਸੁਣੋ ਜੋ ਗੱਲ ਪ੍ਰੈਸ ਦੇ ਰੂਬਰੂ ਡਾਕਟਰ ਧਰਮਵੀਰ ਗਾਂਧੀ ਹੋਣਾ ਨੂੰ ਸਵਾਲ ਕੀਤੇ ਪੱਤਰਕਾਰ ਵੀਰਾਂ ਨੇ। ਖਾਸ ਤੌਰ 'ਤੇ ਨਾਭੇ ਦੇ ਵਿੱਚ ਤੁਹਾਨੂੰ ਮਿਲਿਆ? ਦੇਖੋ ਜੀ, ਬਹੁਤ ਹੀ ਉਤਸ਼ਾਹੀ ਰਿਸਪੋਂਸ ਮਿਲਿਆ ਹੈਗਾ। ਜਿਹੜੀ ਕਨਵੈਸਿੰਗ ਹੈ ਉਹਦੀ ਲਾਸਟ ਸਟੇਜ 'ਤੇ ਆ ਕੇ ਜਦੋਂ ਲੋਕ ਤਕਰੀਬਨ ਮਨ ਬਣਾ ਚੁੱਕੇ ਹੁੰਦੇ ਆ, ਉਦੋਂ ਇੱਦਾਂ ਦਾ ਰਿਸਪੋਂਸ ਦੇਖਣ ਨੂੰ ਮਿਲਦਾ। ਅਸੀਂ 1.5-2 ਮਹੀਨੇ ਤੋਂ ਕੈਂਪੇਨ ਕਰ ਰਹੇ ਹਾਂ, ਪਰ ਜੋ ਅੱਜ ਉਤਸ਼ਾਹ ਜੋ ਲੋਕਾਂ 'ਚ ਇੱਕ ਜੋਸ਼ ਹੈਗਾ ਹੈ, ਉਸ ਤੋਂ ਮੈਂ ਬੜੇ ਯਕੀਨ ਨਾਲ ਕਹਿ ਸਕਦਾ ਕਿ ਲੋਕ ਆਪਣਾ ਮਨ ਬਣਾ ਚੁੱਕੇ ਨੇ ਔਰ ਲੋਕ ਮੈਨੂੰ ਦੁਬਾਰਾ ਪਾਰਲੀਮੈਂਟ ਭੇਜਣ ਵਾਸਤੇ ਉਹਨਾਂ ਨੇ ਆਪਣਾ ਮਨ ਬਣਾਇਆ ਹੈਗਾ। ਮੈਂ ਜਿਵੇਂ 5 ਸਾਲ ਕੰਮ ਕੀਤਾ, ਲੋਕਾਂ ਨੂੰ ਉਹਦੀ ਕਦਰ ਪਾਈ ਲੱਗਦੀ ਹੈਗੀ ਹੈ ਔਰ ਲੋਕਾਂ 'ਚ ਜੋ ਤੁਸੀਂ ਦੇਖ ਸਕਦੇ ਹੋ ਕਿਵੇਂ ਸੈਂਕੜੇ ਕਾਰਾਂ ਦਾ ਕਾਫਲਾ ਹੈਗਾ ਹੈ, ਉਤਸ਼ਾਹੀ ਨੌਜਵਾਨ ਨੇ, ਮੋਟਰਸਾਈਕਲਾਂ ਦੇ ਬੱਚੇ। ਟਕਸਾਲੀ ਕਾਂਗਰਸੀਆਂ ਦਾ ਕੀ ਜਵਾਬ ਆ ਜੀ? ਟਕਸਾਲੀ ਕਾਂਗਰਸ ਅੱਜ ਵੀ ਤੁਹਾਡੇ ਨਾਲ ਨੇ ਕੀ? ਬਿਲਕੁਲ ਜੀ, ਮੇਰੇ ਤੁਹਾਡੇ ਮੇਰੇ ਬਿਲਕੁਲ ਨਾਲ ਬੈਠੇ ਨੇ ਮੇਜਰ ਸਿੰਘ ਮਨੇਰਾ ਹੋਣੀ, ਜਿਹੜੇ ਕਿ ਜਿਹਨਾਂ ਜਿਹੜੇ ਸ਼ਰਮਾ ਜੀ ਖੜੇ ਨੇ, ਸ਼ਰਮਾ ਜੀ ਖੜੇ ਨੇ ਜੀ, ਕੋਈ ਵੀ ਬੰਦਾ ਜਿਹੜਾ ਜਿਹਦਾ ਸੈਲਫ ਰਿਸਪੈਕਟ ਆਤਮ ਸਨਮਾਨ ਹੈਗਾ ਹੈ, ਜਿਹਦੇ 'ਚ ਅਣਖ ਹੈਗੀ ਹੈ, ਉਹ ਪਾਰਟੀ ਦੇ ਕਿਸੇ ਵੀ ਲੀਡਰ ਦੀ ਜੋ ਧੱਕੇਸ਼ਾਹੀ ਹੈ, ਬੇਇੱਜ਼ਤੀ ਹੈਗੀ ਹੈ ਜਾਂ ਉਹਦੀ ਤੋਹੀਨ ਹੈਗੀ ਹੈ, ਉਹਨੂੰ ਬਰਦਾਸ਼ਤ ਨਹੀਂ ਕਰਦਾ ਉਹ। ਸਰ, ਰਵਾਇਤੀ ਪਾਰਟੀਆਂ ਲੰਬੇ ਸਮੇਂ ਤੋਂ ਪੰਜਾਬ 'ਚ ਰਾਜ ਕਰ ਰਹੀਆਂ ਨੇ, ਕੀ ਕਹਿਣਾ ਤੈਨੂੰ? ਪੰਜਾਬ ਦਾ ਦੁਰਭਾਗ ਹੈ ਕਿ ਕੋਈ ਤੀਜਾ ਜਿਹੜਾ ਸਿਆਸੀ ਬਦਲ ਹੈ ਹੁਣ ਤੱਕ ਨਹੀਂ ਆ ਸਕਿਆ ਹੈਗਾ, ਇਸ ਕਰਕੇ 2 ਰਵਾਇਤੀ ਪਾਰਟੀਆਂ ਵਾਰੀ ਵਾਰੀ ਰਾਜ ਕਰ ਰਹੀਆਂ ਨੇ। ਪੰਜਾਬ ਦਾ ਜੋ ਹਾਲ ਹੈ, ਪੰਜਾਬ ਦੀ ਵਿੱਦਿਆ, ਪੰਜਾਬ ਦੀ ਸਿਹਤ, ਪੰਜਾਬ ਦਾ ਰੁਜ਼ਗਾਰ, ਪੰਜਾਬ ਦੀ ਖੇਤੀ, ਪੰਜਾਬ ਦਾ ਵਾਤਾਵਰਨ, ਪਾਣੀ, ਮਿੱਟੀ, ਹਵਾ, ਸਭ ਕੁਛ, ਮਤਲਬ ਪੰਜਾਬ ਦਾ ਇਸ ਵੇਲੇ ਬੜੇ ਸੰਕਟ ਵਿੱਚ ਹੈਗਾ ਹੈ। ਅਜਿਹੇ ਸੰਕਟ ਕੱਢਣ ਲਈ ਪੰਜਾਬ ਨੂੰ ਬੜੀ ਗੰਭੀਰ ਚਰਚਾ ਦੀ ਲੋੜ ਹੈ ਔਰ ਗੰਭੀਰ ਸਿਆਸਤ ਦੀ ਲੋੜ ਹੈ। ਮੁਕਾਬਲੇ 'ਚ ਮਹਾਰਾਣੀ ਪ੍ਰਨੀਤ ਕੌਰ ਨੇ, ਉਹਨਾਂ ਦੇ ਹਸਬੈਂਡ ਨੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਅੱਜ ਇਲੈਕਸ਼ਨ 'ਚ ਧੱਕਾ ਵੀ ਹੋ ਸਕਦਾ, ਅੱਜ ਨਾਭੇ ਰੈਲੀ ਵੀ ਕਰ ਰਹੇ ਨੇ, ਧੱਕੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਬਹੁਤ ਸੰਭਾਵਨਾ ਹੈਗੀਆਂ ਕਿ ਇਹ ਧੱਕਾ ਹੋਵੇ, ਕਿਉਂਕਿ ਅਕਾਲੀਆਂ ਵੇਲੇ ਵੀ ਮੇਰੇ 'ਤੇ ਹਮਲਾ ਹੋਇਆ ਸੀਗਾ, ਮੇਰੇ ਨੱਕ ਦੀ ਹੱਡੀ ਟੁੱਟੀ ਸੀਗੀ ਔਰ ਕਾਂਗਰਸ ਵੱਲੇ ਵੀ ਅੱਜ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਸੀ ਪਟਿਆਲੇ, ਉੱਥੇ ਜਿੰਨਾ ਧੱਕਾ ਕੀਤਾ ਗਿਆ ਜਾਂ ਜਿੰਨਾ ਪੰਚਾਇਤੀ ਚੋਣਾਂ 'ਚ ਧੱਕਾ ਹੋਇਆ ਹੈਗਾ, ਮਤਲਬ ਖੁਦ ਕਾਂਗਰਸੀਆਂ ਦੇ ਨਾਲ ਧੱਕਾ ਕੀਤਾ ਗਿਆ ਉਸ ਤੋਂ। ਜੋ ਕੈਪਟਨ ਸਾਹਿਬ ਦਾ ਬਿਆਨ ਹੈ ਕਿ ਜਿਸ ਹਲਕੇ 'ਚੋਂ ਉਹਨਾਂ ਦਾ ਜਿਹੜਾ MP ਹਾਰੂਗਾ, ਉਸ ਹਲਕੇ ਦੇ MLA ਦੀ ਖੈਰ ਨਹੀਂ, ਉਸ ਹਲਕੇ ਦੇ ਵਜ਼ੀਰ ਦੀ ਖੈਰ ਨਹੀਂ ਹੈਗੀ ਹੈ। ਇੱਕ ਅਜਿਹਾ ਧਮਕਾਊ ਬਿਆਨ ਹੈ ਜਿਸ ਦਾ ਉਹਨਾਂ ਨੇ ਸਪਸ਼ਟ ਇਸ਼ਾਰਾ ਦਿੱਤਾ ਕਿ ਜੋ ਵੀ ਹੋਵੇ, ਜੋ ਕਰਨਾ ਕਰੋ, ਗੁੰਡਾਗਰਦੀ ਕਰੋ, ਤੁਸੀਂ ਬੂਥ ਲੁੱਟੋ, ਜੋ ਮਰਜ਼ੀ ਕਰੋ, ਹਰ ਹਾਲਤ ਸਾਡੇ ਨੁਮਾਇੰਦੇ ਜਿੱਤਣੀ ਚਾਹੀਦੀ ਹੈਗੀ। ਮੇਰੇ ਸਾਹਿਬ, ਕੀ ਕਹੋਗੇ ਟਕਸਾਲੀ ਕਾਂਗਰਸੀ ਅੱਜ ਕਿਹਦੇ ਨਾਲ ਨੇ? 11 ਤਰੀਕ ਨੂੰ ਜੋ ਫੈਸਲਾ, ਜੋ ਐਲਾਨ ਹੋਇਆ ਸੀ ਉਹ ਟਕਸਾਲੀ ਕਾਂਗਰਸੀਆਂ ਦਾ ਹੀ ਸੀਗਾ। ਸ਼ਰਮਾ ਜੀ ਨੂੰ ਆਉਣ ਦਿਓ, ਸਾਡੇ ਜ਼ਿਲ੍ਹਾ ਜਨਰਲ ਸਕੱਤਰ ਨੇ ਕਹਾ।
ਟਕਸਾਲੀ ਕਾਂਗਰਸ ਕਿੱਧਰ ਰਹੀ ਜੀ? ਜੋ 11 ਤਰੀਕ ਦਾ ਫੈਸਲਾ ਸੀ ਉਹ ਟਕਸਾਲੀ ਕਾਂਗਰਸੀਆਂ ਦਾ ਜੋ ਫੈਸਲਾ ਸੀ ਉਹ ਇਨ ਬਿਨ ਅੱਜ ਵੀ ਲਾਗੂ ਹੈ। ਸਾਰੇ ਟਕਸਾਲੀ ਕਾਂਗਰਸੀ ਨੇ ਜਿਹੜੇ ਗਾਂਧੀ ਜੀ ਨੂੰ ਸਮਰਥਨ ਕੀਤਾ ਔਰ ਅੱਜ ਵੀ ਇਹਨਾਂ ਦੇ ਇੱਕ ਟਕਸਾਲੀ ਹੈ ਜਿਹੜਾ ਟਕਸਾਲੀ ਕਾਂਗਰਸੀਆਂ ਨੂੰ ਸ਼ਰਾਰਤੀ ਅੰਸਰ ਕਿਹਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਰਾਜਨੀਤੀ 'ਚ ਸਾਰੇ ਅਲਫਾਜ਼ ਵਰਤੇ ਜਾਂਦੇ ਨੇ, ਅਸੀਂ ਇਹਦਾ ਕੋਈ ਮਾਇਨਾ ਨਹੀਂ ਰੱਖਦੇ। ਸਭ ਇਲਾਕੇ ਨੂੰ ਪਤਾ ਕਿ ਟਕਸਾਲੀਆਂ ਦਾ ਜੋ ਫੈਸਲਾ ਸੀ ਉਹ ਅੱਜ ਵੀ ਗਾਂਧੀ ਜੀ ਦੇ ਨਾਲ। ਸਾਡੇ 'ਤੇ ਦੇਖੋ ਸਾਡੇ ਨਾਲ ਕੋਈ ਤਾਲਮੇਲ ਨਹੀਂ ਹੋਇਆ ਕਿਉਂਕਿ ਉਹ ਮਲੋਹ ਤੋਂ ਨੁਮਾਇੰਦਗੀ ਕਰਦੇ ਨੇ, ਸਾਡੇ ਸਤਿਕਾਰਯੋਗ ਲੀਡਰ ਨੇ। ਅਸੀਂ ਨਾਭਾ ਹਲਕੇ ਤੋਂ ਜਲੀਲ ਹੋਏ ਹਾਂ ਸਰਦਾਰ ਸਾਧੂ ਸਿੰਘ ਦੀ ਬਦੌਲਤ, ਔਰ ਉਹਨਾਂ ਨੂੰ ਕਪੈਜਾ ਭੁਗਤਣਾ ਪਊਗਾ ਸਾਧੂ ਸਿੰਘ ਧਰਮਸੋਤ ਨੂੰ, ਉਹਨਾਂ ਦੇ ਖਿਲਾਫ਼ ਅਸੀਂ ਲਾਮਬੰਦ ਡਾਕਟਰ ਧਰਮਵੀਰ ਗਾਂਧੀ ਜੀ ਨੇ ਐਮ ਪੀ ਲੜ ਦੀ ਕੁੱਲ ਰਕਮ 35.55 ਕਰੋੜ ਰੁਪਏ ਪਟਿਆਲਾ ਹਲਕੇ ਦੀ ਤਰੱਕੀ ਅਤੇ ਵਿਕਾਸ ਲਈ ਲਗਾਏ ਹਨ। ਡਾਕਟਰ ਧਰਮਵੀਰ ਗਾਂਧੀ ਜੀ ਪੱਲੇ ਪੱਲੇ, ਬਾਕੀ ਸਾਰੇ ਥੱਲੇ ਥੱਲੇ। ਡਾਕਟਰ ਧਰਮਵੀਰ ਗਾਂਧੀ ਜੀ ਪੱਲੇ ਪੱਲੇ, ਬਾਕੀ ਸਾਰੇ ਥੱਲੇ ਥੱਲੇ। ਡਾਕਟਰ ਧਰਮਵੀਰ ਗਾਂਧੀ ਜੀ ਪੱਲੇ ਪੱਲੇ, ਬਾਕੀ ਸਾਰੇ ਥੱਲੇ ਥੱਲੇ। ਉਹ